ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਜਨੂਅਰੀ 2023 ਦਾ ਆਨਲਾਈਨ ਜਿਹੜਾ ਪ੍ਰੈਕਟਿਸ ਟੈਸਟ ਹੋਣ ਜਾ ਰਿਹਾ ਵਾ ਉਹਦੀ ਗਾਈਡਲਾਈਨ ਪੰਜਾਬ ਸਰਕਾਰ ਨੇ ਐਸਆਰਟੀ ਨੇ ਭੇਜ ਦਿੱਤੀ ਹੈ ਆਓ ਦੇਖੀਏ ਕੀ ਆ ਗਾਈਡਲਾਈਨ ਕਿਵੇਂ ਟੈਸਟ ਹੋਏਗਾ ਕਿੰਨੇ ਨੰਬਰਾਂ ਦਾ ਹੋਏਗਾ ਕਿੰਨੇ ਟਾਈਮ ਹੋਏਗਾ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਹੈ ਆਓ ਦੇਖੀਏ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਜਿਹੜੇ ਲੈਟਰ ਜਾਰੀ ਹੋਇਆ ਵਾ 6123 ਨੂੰ ਅੱਜ ਉਹਦੇ 'ਚ ਆਨਲਾਈਨ ਪ੍ਰੈਕਟਿਸ ਟੈਸਟ ਬਾਰੇ ਜਾਣਕਾਰੀ ਹੈ ਸਭ ਤੋਂ ਪਹਿਲੀ ਇਹ ਜਾਣਕਾਰੀ ਹੈ ਵੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਮਿਸ਼ਨ 100% ਦੇ ਮੱਦੇਨਜ਼ਰ ਵਿਦਿਆਰਥੀਆਂ ਦੀ ਆਗਾਮੀ ਪ੍ਰੀਖਿਆਵਾਂ ਦੀ ਤਿਆਰੀ ਲਈ 9ਵੀਂ ਤੋਂ 12ਵੀਂ ਜਮਾਤ ਦੀ ਵੱਖ-ਵੱਖ ਵਿਸ਼ਿਆਂ ਦੇ ਆਨਲਾਈਨ ਪ੍ਰੈਕਟਿਸ ਟੈਸਟ ਕਰਵਾਏ ਜਾ ਰਹੇ ਨੇ ਇਹ ஆன்ਲਾਈਨ ਪ੍ਰੈਕਟਿਸ ਟੈਸਟ ਮਿਤੀ 9 ਜਨਵਰੀ 2023 ਤੋਂ 19 ਜਨਵਰੀ 2023 ਤੱਕ ਅਸ ਪੋਰਟਲ ਤੇ ਲਈ ਜਾਣਗੇ ਇਹ ਪੋਰਟਲ ਤੁਹਾਡੇ ਸਾਹਮਣੇ ਹੈ free test.guru ਹੈਗਾ ਵਾ ਨੈਕਸਟ ਹੈਗਾ ਜੀ ஆன்ਲਾਈਨ ਪ੍ਰੈਕਟਿਸ ਟੈਸਟ ਨਾਲ ਸੰਬੰਧਿਤ ਡੇਟਸ਼ੀਟ ਸੁਦੇਹਾਤਾ ਨਾਲ ਨਹੀਂ ਨਥੀ ਨੇ ਤੁਹਾਨੂੰ ਵਿਦਿਆਰਥੀਆਂ ਨੂੰ ਡੇਟਸ਼ੀਟ ਆਪਾਂ ਪਹਿਲਾਂ ਭੇਜ ਚੁੱਕੇ ਹਾਂ ਆਨਲਾਈਨ ਆਨਲਾਈਨ ਟੈਸਟ ਲਈ ਨਿਰਦੇਸ਼ ਈਟ ਲਿਖੇ ਅਨੁਸਾਰ ਨੇ ਇਹ ਆਨਲਾਈਨ ਟੈਸਟ ਪ੍ਰੈਕਟਿਸ ਟੈਸਟ ਦੇਣ ਲਈ ਵਿਦਿਆਰਥੀਆਂ ਲਈ ਲਿੰਕ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਹੋਏਗਾ ਭਾਵ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 8 ਵਜੇ ਤੱਕ ਜਿਸ ਦਿਨ ਪੇਪਰ ਹੋਏਗਾ ਲਿੰਕ ਤੁਹਾਡੇ ਲਈ ਖੁੱਲਾ ਰਹੇਗਾ ਦੂਜੀ ਗੱਲ ਆਨਲਾਈਨ ਟੈਸਟ ਦਾ ਉਦੇਸ਼ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਦਦ ਕਰਨਾ ਹੈ। ਇਸ ਤੋਂ ਅਗਲੀ ਗੱਲ ਸਕੂਲ ਦੇ ਸਮੇਂ ਦੌਰਾਨ ਵਿਦਿਆਰਥੀ ਸਕੂਲ ਵਿੱਚ ਉਪਲਬਧ ਕੰਪਿਊਟਰ ਜਾਂ ਸਕੂਲ ਸਮੇਂ ਤੋਂ ਬਾਅਦ ਘਰ ਜਾ ਕੇ ਵੀ ਸ਼ਾਮ 8 ਵਜੇ ਤੱਕ ਇਹ ਟੈਸਟ ਦੇ ਸਕਦੇ ਨੇ। ਵਿਦਿਆਰਥੀ ਸਕੂਲ ਦੇ ਕੰਪਿਊਟਰ ਦੇ ਵਿੱਚ ਵੀ ਟੈਸਟ ਦੇ ਸਕਦੇ ਨੇ ਤੇ ਘਰ ਜਾ ਕੇ ਮੇ ਪੋਸੀਬਲ ਆ ਮੋਬਾਈਲ ਤੇ ਵੀ ਦੇ ਸਕਦੇ ਹੋਣਗੇ ਆਨਲਾਈਨ ਟੈਸਟ ਦਾ ਸੋਲੂਸ਼ਨ ਵੀ ਵਿਦਿਆਰਥੀਆਂ ਦੀ ਸੂਚਨਾ ਹਿਤ ਰਾਤ 9 ਵਜੇ ਤੱਕ ਉਪਲਬਧ ਹੋ ਜਾਏਗਾ ਰਾਤ 9 ਵਜੇ ਤੱਕ ਉਹਦਾ ਸਹੀ ਸਹੀ ਆਨਸਰ ਵੀ ਤੁਹਾਨੂੰ ਮਿਲ ਜਾਣਗੇ ਤਸ ਹੋਂ ਉਪਰੰਤ 2 ਦਿਨ ਬਾਅਦ ਅਧਿਆਪਕਾਂ ਨਾਲ ਸਮੂਹ ਵਿਦਿਆਰਥੀਆਂ ਦੀ ਰਿਪੋਰਟ ਸਾਂਝੀ ਕੀਤੀ ਜਾਏਗੀ ਵਿਦਿਆਰਥੀਆਂ ਦੀ ਕੀ ਰਿਪੋਰਟ ਰਹੇਗੀ ਇਹ ਸਾਰਿਆਂ ਦੇ ਸਾਹਮਣੇ ਆਏਗੀ ਸੋ ਡਾਇਰੈਕਟਰ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਨੇ ਪੱਤਰ ਜਾਰੀ ਕੀਤਾ ਹੈ ਵਿਦਿਆਰਥੀਓ ਤੁਹਾਡੇ ਸਾਹਮਣੇ ਗਾਈਡਲਾਈਨ ਹੈ ਹੁਣ ਤੁਸੀਂ ਉਸੇ ਢੰਗ ਨਾਲ ਤਿਆਰੀ ਕਰਨੀ ਹੈ ਤੁਹਾਨੂੰ ਜਿਹੜਾ ਵੈ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਪੇਪਰ ਵਾਲੇ ਦੇਣ ਟਾਈਮ ਮਿਲੇਗਾ ਠੀਕ ਹੈ ਤੇ ਅਗਲੀ ਜਿਹੜੀ ਇਹਦੇ ਨਾਲ ਰਿਲੇਟਡ ਗਾਈਡਲਾਈਨ ਹੈ ਉਹ ਇਹ ਹੈ ਬਈ ਸਭ ਤੋਂ ਪਹਿਲਾਂ ਕਿਦਾਂ ਚੱਲਣਾ ਵਿਦਿਆਰਥੀਆਂ ਨੇ ਗੋ ਟੂ ਐਸ ਵੈਬਸਾਈਟ ਤੇ ਜਾਣਾ ਐਂਟਰ ਯੋਰ ਸਟੂਡੈਂਟ ਆਈਡੀ ਆਪਣੀ ਸਟੂਡੈਂਟ ਆਈਡੀ ਤੁਸੀਂ ਇਹ ਚ ਭਰਨੀ ਹੈ ਐਂਡ ਸਕੂਲ ਕੋਡ ਆਪਣੇ ਸਕੂਲ ਦਾ ਕੋਡ ਜਾਂ ਫਿਰ ਡੇਟ ਆਫ ਬਰਥ ਠੀਕ ਹੈ ਇਹ ਭਰਨਾ ਹੈ ਉਸ ਤੋਂ ਬਾਅਦ ਐਂਡ ਫਿਰ ਸਾਈਨ ਇਨ ਹੋਣਾ ਉਸ ਤੋਂ ਬਾਅਦ ਸਿਲੈਕਟ ਅਕੈਡੈਮਿਕ ਸੈਕਸ਼ਨ ਫਰੋਮ ਦ ਲਿਸਟ ਲਿਸਟ ਵਿੱਚੋਂ ਅਕਾਡੈਮਿਕ ਸੈਕਸ਼ਨ ਦੇਖਣਾ ਵਾ ਫਿਰ ਸਿਲੈਕਟ ਟੇਕ ਟੈਸਟ ਟੇਕ ਟੈਸਟ ਨੂੰ ਸਿਲੈਕਟ ਕਰਨਾ ਉਸ ਤੋਂ ਬਾਅਦ ਸਿਲੈਕਟ ਸਟਾਰਟ ਟੈਸਟ ਫਿਰ ਸਟਾਰਟ ਟੈਸਟ ਨੂੰ ਸਿਲੈਕਟ ਕਰਨਾ ਆਫਟਰ ਮਾਰਕਿੰਗ ਆਨਸਰ ਕਲਿਕ ਨੈਕਸਟ ਕੁਐਸਚਨ ਜਦੋਂ ਤੁਸੀਂ ਆਨਸਰ ਦੇ ਲਓ ਉਸ ਤੋਂ ਬਾਅਦ ਅਗਲੇ ਪ੍ਰਸ਼ਨ ਤੇ ਕਲਿਕ ਕਰਨਾ ਵਾ ਟੂ ਸਬਮਿਟ ਦਾ ਟੈਸਟ ਔਨ ਕੰਪਿਊਟਰ ਸਬਮਿਟ ਆਪਸ਼ਨ ਅਵੇਲੇਬਲ ਇਨ ਰਾਈਟ ਸਾਈਡ ਆਫ ਦ ਸਕਰੀਨ ਜਿਹੜਾ ਟੈਸਟ ਤੇ ਕੰਪਿਊਟਰ ਤੇ ਕਰਨ ਤੋਂ ਬਾਅਦ ਸਬਮਿਟ ਆਪਸ਼ਨ ਕਰਨਾ ਅਵੇਲੇਬਲ ਹੈ ਜਿਹੜਾ ਉੱਥੇ ਹੋਏਗਾ ਮੋਬਾਈਲ ਤੇ ਕਲਿਕ ਔਨ ਮੈਨੂ ਔਨ ਟੌਪ ਲੈਫਟ ਆਫ ਸਕਰੀਨ ਐਂਡ ਕਲਿਕ ਸਬਮਿਟ ਮੋਬਾਈਲ ਦੇ ਉੱਪਰ ਵੀ ਤੁਸੀਂ ਟੌਪ ਟੌਪ ਤੇ ਜਾਓਗੇ ਉੱਪਰ ਉੱਥੇ ਸਬਮਿਟ ਦਾ ਕਲਿਕ ਹੋਏਗਾ ਆਪਸ਼ਨ ਹੋਏਗਾ ਇਸ ਤੋਂ ਬਾਅਦ ਆਫਟਰ ਸਬਮਿਸ਼ਨ ਟੈਸਟ ਰਿਪੋਰਟ ਵਿਲ ਬੀ ਅਵੇਲੇਬਲ ਆਫਟਰ 9 ਪੀਐਮ ਸਬਮਿਟ ਕਰਨ ਤੋਂ ਬਾਅਦ 9 ਵਜੇ ਰਿਪੋਰਟ ਮਿਲ ਜਾਏਗੀ ਫਾਰ ਟੀਚਰਸ ਅਧਿਆਪਕਾਂ ਲਈ ਕੀ ਹੈ ਅਧਿਆਪਕ ਵੀ ਵੈਬਸਾਈਟ ਤੇ ਜਾਣਗੇ ਐਂਟਰ ਯੂਅਰ ਯੂਨੀਕ ਆਈਡੀ ਆਪਣਾ ਯੂਨੀਕ ਆਈਡੀ ਭਰਨਗੇ ਸਕੂਲ ਕੋਡ ਭਰਨਗੇ ਤੇ ਸਾਈਨ ਇਨ ਕਰਨਗੇ ਰਿਪੋਰਟ ਆਫ ਆਲ ਟੈਸਟ ਆਫ ਦਾ ਸਕੂਲ ਵਿਲ ਬੀ ਅਵੇਲੇਬਲ ਫਾਰ ਟੀਚਰਸ ਟੂ ਸੀ ਅਧਿਆਪਕਾਂ ਨੂੰ ਵੀ ਉਹ ਮਿਲ ਜਾਏਗਾ ਰਿਜ਼ਲਟ ਸਾਰਾ ਹੀ ਦੇ ਕੈਨ ਚੂਜ਼ ਅ ਟੈਸਟ ਟੂ ਸੀ ਡਿਟੇਲਡ ਰਿਪੋਰਟ ਅ ਟੈਸਟ ਵੀ ਦੇਖ ਸਕਦੇ ਨੇ ਪੂਰੀ ਰਿਪੋਰਟ ਜਾਣਨ ਵਾਸਤੇ ਅਧਿਆਪਕ ਵੀ ਸੋ ਪਿਆਰੇ ਵਿਦਿਆਰਥੀਓ ਆਪਣੇ ਸਕੂਲ ਦੀ ਸਟੂਡੈਂਟ ਆਈਡੀ ਆਪਣੀ ਲੈ ਕੇ ਰੱਖਣੀ ਹੈ ਤੇ ਸਕੂਲ ਦਾ ਕੋਡ ਨਾਲ ਰੱਖਣਾ ਹੈ ਜਦੋਂ ਤੁਹਾਡਾ ਟੈਸਟ ਹੋਣਾ ਤਾਂ ਕਿ ਤੁਹਾਨੂੰ ਉਹ ਪੜਨਾ ਪਵੇਗਾ ਠੀਕ ਹੈ ਉਸ ਤੋਂ ਬਾਅਦ ਇਸੇ ਹੀ ਗਾਈਡਲਾਈਨ ਦੇ ਨਾਲ ਤੁਸੀਂ ਆਪਣਾ ਟੈਸਟ ਦੇ ਸਕਦੇ ਹੋ ਸੋ ਆਲ ਦਾ ਬੈਸਟ ਵਧੀਆ ਕਰਕੇ ਪੇਪਰ ਦਿਓ ਥੈਂਕ ਯੂ ਦੇਖਦੇ ਰਹੋ ਮੇਰਾ ਚੈਨਲ ਕਨਸੈਪਟ ਗੁਰੂ EK ਪੋਲੀਟੀਕਲ ਸਾਇੰਸ ਲਈ ਤੇ ਕੈਰੀਅਰ ਗੁਰੂ ਏਕੇ ਜਨਰਲ ਨੌਲੇਜ ਵਾਸਤੇ ਤੇ ਜੋਬ ਰਿਲੇਟਡ ਇਸ਼ੂਸ ਵਾਸਤੇ ਪੋਲੀਟੀਕਲ ਸਾਇੰਸ ਪਲੱਸ 1 ਟੂ ਬੀਏ ਕਲਾਸਸ ਵਾਸਤੇ ਲਾਈਵ ਕਲਾਸਸ ਵੀ ਮੈਂ ਲਗਾਉਂਦਾ ਹਾਂ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਥੈਂਕ ਯੂ